ਨਮਸਕਾਰ ਖਬਰਾਂ ਦੇ ਇਸ ਬਲੇਟ ਨੂੰ ਤੁਹਾਡਾ ਸਵਾਗਤ ਹੈ ਮੈਂ ਪਰਮਿੰਦਰ ਸਿੰਘ ਪਹਿਲਾ ਪੇਸ਼ ਨੇ ਚੋਣੀਆਂ ਖਬਰਾਂ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਬੀਐਸਐਫ ਦੇ ਦਸਤਿਆਂ ਨੇ ਪੰਜ ਸ਼ੱਕੀ ਆਤਵਾਦੀਆਂ ਨੂੰ ਮਾਰ ਮੁਕਾਇਆ ਦਿੱਲੀ ਪੁਲਿਸ ਨੇ ਦਿੱਲੀ ਕੇਂਦਰੀ ਦਿੱਲੀ ਦੇ ਰਜ ਰੋਡ ਖੇਤਰ ਵਿੱਚ ਆਤਵਾਦੀ ਜਥੇਬੰਦੀ ਆਈਐਸ ਆਈਐਸ ਦੇ ਇੱਕ ਸ਼ੱਕੀ ਕਰਿੰਦੇ ਨੂੰ ਆਈਈਡੀ ਸਮੇਤ ਗ੍ਰਿਫਤਾਰ ਕੀਤਾ ਉਪ ਰਾਸ਼ਟਰਪਤੀ ਐਮੰਕਈਆ ਨਾਰਡੀਨੇ ਕੋਵਿਡ-19 ਮਹਾਮਾਰੀ ਦੇ ਬਾਵਜੂਦ ਝੋਨੇ ਤੇ ਹੋਰਨਾਂ ਫਸਲਾਂ ਦੀ ਰਿਕਾਰਡ ਬਿਜਾਈ ਲੈ ਕਿਸਾਨਾਂ ਦੀ ਮਿਹਨਤ ਅਤੇ ਯਤਨਾਂ ਦੀ ਸ਼ਲਾਘਾ ਕੀਤੀ। ਪਾਰ ਸਰਕਾਰ ਦੇ ਸਾਬਕਾ ਵਿੱਤ ਸਕੱਤਰ ਜੀ ਕੁਮਾਰ ਨੂੰ ਭਾਰਤ ਦਾ ਨਵਾਂ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਚੋਣ ਕਮਿਸ਼ਨ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਚੋਣਾਂ ਸੰਬੰਧੀ ਵਿਸਤਾਰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਪਾਰ ਸਰਕਾਰ ਤੇ ਜਤਨਾ ਸਰਕਾਰ ਦੇਸ਼ ਵਿੱਚ ਬੀਤੇ ਦਿਨ 10 ਲੱਖ ਤੋਂ ਵੱਧ ਕਰੋਨਾ ਟੈਸਟ ਕਰਨ ਦਾ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲਗਾਤਾਰ ਵਧ ਰਹੇ ਕਰੋਨਾ ਮਾਮਲਿਆਂ ਦੇ ਮੱਦੇਨਜ਼ਰ ਜਾਰੀ ਹੁਕਮ ਅਨੁਸਾਰ ਅੱਜ ਸ਼ਨੀਵਾਰ ਤੇ ਪੜਕੇ ਆਏ ਤੌਰ 'ਤੇ ਸੂਬੇ ਵਿੱਚ ਮੁਕੰਮਲ ਤੌਰ ਤੇ ਲਾਕਡਾਊਨ ਨੂੰ ਲਾਗੂ ਕੀਤਾ ਜਾ ਰਿਹਾ ਹੈ। ਦੇਸ਼ ਭਰ ਵਿੱਚ ਅੱਜ ਗਣੇਸ਼ ਚਤੁਰਥੀ ਉਤਸਵ ਸਰਦਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।

ਸੀਮਿਆ ਸੁਰੱਖਿਆ ਬਾਲਨੇ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਕੋਮੰਟਰੀ ਸਰਹੱਦ ਨਾਲ ਕੰਡਿਆਲੀ ਤਾਰ ਨਾਲ ਲੱਗਦੇ ਭਾਰਤ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਪੰਜ ਕੁ ਸਪੈਟੀਆਂ ਨੂੰ ਠੇਰ ਕਰ ਦਿੱਤਾ ਪੰਜਾਬ ਤੋਂ ਇਲਾਵਾ ਜੰਮੂ, ਰਾਜਸਥਾਨ ਅਤੇ ਗੁਜਰਾਤ ਸੂਬੇ ਵਿੱਚ ਪੈਂਦੀ ਕੋਈ 3300 ਕਿਲੋਮੀਟਰ ਲੰਮੀ ਪਾਕਿਸਤਾਨ ਨਾਲ ਲੱਗਦੀ ਕੋਮੰਟਰੀ ਸਰਹੱਦ ਤੋਂ ਇੱਕੋ ਵਾਰ ਇਨੀ ਵੱਡੀ ਗਿਣਤੀ ਵਿੱਚ ਕੁਝ ਸਪੈਟੀਆਂ ਨੂੰ ਮਾਰ ਮਕਾਉਣ ਦੀ ਇਹ ਪਹਿਲੀ ਘਟਨਾ ਹੈ ਪੰਜਾਬ ਦਾ ਕੋਈ 553 ਕਿਲੋਮੀਟਰ ਇਲਾਕਾ ਪਾਕਿਸਤਾਨ ਨਾਲ ਸਰਹੱਦ ਨਾਲ ਲੱਗਦਾ ਹੈ ਬੀਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ਵਿੱਚ ਸਰਹੱਦੀ ਚੌਂਕੀ ਕੋਲ ਬੀਐਸਐਫ ਦੀ 103 ਬਟਾਲੀਅਨ ਦੇ ਜਵਾਨਾਂ ਨੇ ਅੱਧੀ ਬੀਤੀ ਅੱਧੀ ਰਾਤ ਕੁਝ ਸ਼ੱਕੀ ਹੱਤਵਾਦੀਆਂ ਦੀ ਹਰਕਤ ਦੇਖੀ ਜਿਸ ਸਮੇਂ ਅਗਰੋਂ ਬੀਐਸਐਫ ਵੱਲੋਂ ਕੇਂਦ੍ਰਿਤ ਨਿਗਰਾਨੀ ਅਤੇ ਪਾਲ ਵਿੱਢੀ ਗਈ ਬੀਐਸਐਫ ਨੇ ਸਰਹੱਦ ਦੇ ਨਾਲ ਥਾਂ-ਥਾਂ ਤੇ ਹੱਥ ਲਗਾਏ ਅੱਜ ਤੜਕੇ ਕੋਈ 4:30 5 ਵਜੇ ਸ਼ੱਕੀ ਕੁਝ ਪੈਟੀਆਂ ਨੂੰ ਮੋੜ ਦੇਖ ਕੇ ਜਵਾਨਾਂ ਨੇ ਉਹਨਾਂ ਨੂੰ ਵੰਗਾਰਿਆ ਜਿਸ ਤੇ ਇਹਨਾਂ ਵਿਅਕਤੀਆਂ ਨੇ ਬੀਐਸਐਫ ਦੇ ਜਵਾਨਾਂ ਤੇ ਫਾਇਰਿੰਗ ਕਰ ਦਿੱਤੀ ਜਵਾਬੀ ਫਾਇਰਿੰਗ ਵਿੱਚ ਪੰਜ ਕੁ ਸੱਟੀਆਂ ਮਾਰੇ ਗਏ ਇਹਨਾਂ ਕੁ ਸੱਟੀਆਂ પાસે ਚਾਰ ਪਿਸਤੌਲਾਂ ਨੌ ਪੈਕਟ ਹੈਰੋ ਨੇ ਤੇ 1 AK-47 ਰਾਈਫਲ 27 ਰਾਉਂਡ ਬਰਾਮਦ ਕੀਤੇ ਗਏ ਨੇ ਬੀਐਸਐਫ ਦੇ ਆਈਜੀ ਮਾਹੀਪਾਲ ਜਾਦਵ ਨੇ ਤਰਨਤਾਰਨ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਮਾਰੇ ਗਏ ਵਿਅਕਤੀਆਂ ਕੋਲ ਹਥਿਆਰਾਂ ਤੋਂ ਇਲਾਵਾ ਬੈਗਪੈਕ ਵੀ ਸਨ ਉਸਨੇ ਅੰਦਰ 5 ਕਾਹੀ ਮੂਮੈਂਟਸ ਹੈ ਆਸੇ ਤੋਂ ਜ਼ਿਆਦਾ ਹਮਾਰੇ ਮੂਮੈਂਟਸ ਤਾਂ ਨਹੀਂ ਦਿਖਾਈ ਨਹੀਂ ਦਿੱਤਾ ਪਰ 5 ਤੋਂ 5 ਬੋਡੀ ਹਮੇਂ ਲੱਗ ਰਹੀ ਹੈ ਕਿੰਨੇ ਘੰਟੇ ਦਾ ਸਰਚ ਸੀ ਇਹ ਕਿੰਨੇ ਜੀਪਾਂ ਲਗਾ ਰਹੇ ਸਵੇਰੇ 11:30 ਵਜੇ ਦੇ ਆਸ-पास ਇਸ ਦੀ ਸ਼ੁਰੂਆਤ ਹੋਇਆ ਤਾਂ और मॉर्निंग साढ़े पाँच बजे लास्ट फाइनिंग हुई थी और उसके बाद फिर सर्च ऑपरेशन चलता रहा और ये जाते साढ़े ग्यारह बारह बजे कंक्लूड हुआ सर कुल जरूरी नाइन पॉइंट फाइव लोग ਦਿੱਲੀ ਪੁਲਿਸ ਨੇ ਕੇਂਦਰੀ ਦਿੱਲੀ ਦੇ ਰੇਜ਼ਰ ਰੋਡ ਖੇਤਰ ਵਿੱਚ ਇੱਕ ਸੰਕੇਵ ਫਾਰਿੰਗ ਤੋਂ ਬਾਅਦ ਆਤਵਾਰੀ ਜਥੇਬੰਦੀ ਆਈਐਸ ਆਈਐਸ ਦੇ ਇੱਕ ਸ਼ੱਕੀ ਕਰਿੰਦੇ ਨੂੰ ਆਈਈਡੀ ਸਮੇਤ ਗ੍ਰਿਫਤਾਰ ਕੀਤਾ ਹੈ ਦਿੱਲੀ ਪੁਲਿਸ ਦੇ ਡਿਪਟੀ ਕਮਿਸ਼ਨਰ ਸਪੈਸ਼ਲ ਸੈੱਲ ਪ੍ਰਮੋਦ ਸਿੰਘ ਖੁਸ਼ਵਾਹਾ ਨੇ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਵਿਅਕਤੀ ਨੂੰ ਤੋਲਾਕੂਆ ਅਤੇ ਕਰੋਲ ਬਾਗ ਵਿਚਾਲੇ ਰਜ ਜ਼ਰੂਰ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਇਸ ਤੋਂ ਪੁਸ਼ਪੜਤਾਲ ਜਾਰੀ ਹੈ ਇਸ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਕੌਮੀ ਰਾਜਧਾਨੀ ਵਿੱਚ ਚੌਕਸੀ ਵਧਾ ਦਿੱਤੀ ਹੈ ਇਸ ਦੌਰਾਨ ਐਨ ਐਸ ਜੀ ਦੀ ਬੰਬ ਨੂੰ ਬੇਅਸਰ ਕਰਨ ਵਾਲੀ ਟੀਮ ਮੌਕੇ ਤੇ ਪਹੁੰਚੀ ਅਤੇ ਉਸ ਨੇ ਇੱਕ ਰਬੋਟ ਰਾਹੀਂ ਇਸ ਬੰਬ ਨੂੰ ਚੁੱਕ ਕੇ ਇੱਕ ਸੀਮਤ ਥਾਂ ਤੇ ਇਸ ਨੂੰ ਬੇਅਸਰ ਕੀਤਾ ਇੱਕ ਆਈ ਐਸ ਆਈ ਐਸ ਆਪਰੇਟਿਵ ਕੋ ਪਕੜਿਆ ਹੈ ਇੱਕ ਬ੍ਰੀਫ ਐਕਸਚੇਂਜ ਆਫ ਫਾਇਰ ਦੇ ਪਾਸੇ ਇਹ ਬ੍ਰੀਫ ਐਕਸਚੇਂਜ ਆਫ ਫਾਇਰ दौलखवर रिज रोड जो है उस पर हुआ था लेट नाइट में हुआ है पकड़े गए आदमी का नाम मोहम्मद मुस्तकीम खान उर्फ यूसुफ उर्फ अब्दुल उर्फ अबू यूसुफ कई और भी इसके अलियास है छत्तीस साल उम्र है इसकी इसके पास से दो प्रेशर कुकर आईडीज़ मिली हैं, एक थर्टी का सोफिस्टिकेटेड पिस्टल तीन कार्टेज चार कार्टेजेस और एक मोटरसाइकिल मिली ये प्रेशर कुकर आई डीज डेली में किसी हैवी फुटफॉल एरिया पे लगाने के लिए आ रहा था और पता चला कि ये पिछले कई सालों से आई आईएस आई से कनेक्टेड था डायरेक्टली उनके कमांडर्स के टच में था ਦਿੱਲੀ ਵਿੱਚ ਸ਼ੱਕੀ ਹਤਵਾਰੀ ਦੀ ਗ੍ਰਿਫਤਾਰੀ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਡੀਜੀਪੀ ਹਿਤੇਸ਼ ਚੰਦਰ ਅਵਸਥੀ ਵੱਲੋਂ ਸੂਬੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਫੀਲਡ ਵਿੱਚ ਤਾਇਨਾਤ ਸਾਰੇ ਪੁਲਿਸ ਅਧਿਕਾਰੀਆਂ ਨੂੰ ਚੌਕਸ ਰਹਿਣ ਅਤੇ ਜ਼ਰੂਰੀ احتیاط ਵਰਤਣ ਦੀ ਸਲਾਹ ਦਿੱਤੀ। ਇਹ ਸਲਾਹ ਉੱਤਰ ਪ੍ਰਦੇਸ਼ ਦੇ ਦਿੱਲੀ ਨਾਲ ਲੱਗਦੇ ਬਾਰਡਰ ਤੇ ਵੀ ਸੁਰੱਖਿਆ ਜਾਂਚ ਵਧਾ ਦਿੱਤੀ ਗਈ। ਇਹ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਸੁਰੱਖਿਆ ਦਸਤਿਆਂ ਨੇ ਮੁਕਾਬਲੇ ਦੌਰਾਨ ਇੱਕ ਆਤਵਾਦੀ ਨੂੰ ਠੇਰ ਕਰ ਦਿੱਤਾ ਹੈ ਉੱਤਰੀ ਕਸ਼ਮੀਰ ਦੇ ਇੱਕ ਖੇਰੀ ਖੇਤਰ ਵਿੱਚ ਸੁਰੱਖਿਆ ਦਸਤਿਆਂ ਨੇ ਇਲਾਕੇ ਵਿੱਚ ਆਤਵਾਦੀਆਂ ਦੇ ਲੁਕੇ ਹੋਣ ਦੀ ਸੂਮ ਮਿਲਣ ਮਗਰੋਂ ਘੇਰਾਬੰਦੀ ਕਰਕੇ ਪੁਨਛਾਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਇਲਾਕੇ 'ਚ ਚੱਲ ਰਹੀ ਤਲਾਸ਼ੀ ਮੁਹਿੰਮ ਦੌਰਾਨ ਆਤਵਾਦੀਆਂ ਨੇ ਸੁਰੱਖਿਆ ਦਸਤਿਆਂ ਤੇ ਅੰਨਿਮਾ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਦਾ ਸੁਰੱਖਿਆ ਦਸਤਿਆਂ ਨੇ ਡਟੋ ਜਵਾਬ ਦਿੱਤਾ ਸੁਰੱਖਿਆ ਦਸਤਿਆਂ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਇੱਕ ਆਤਵਾਦੀ ਮਾਰਿਆ ਗਿਆ ਉਪਰਾਸ਼ਟਪਤੀ ਐਮੰਕਿਆ ਨਾਡੂ ਨੇ ਕੋਵਿਡ-19 ਮਹਾਮਾਰੀ ਦੇ ਬਾਵਜੂਦ ਝੋਨੇ ਅਤੇ ਹੋਰਨਾਂ ਫਸਲਾਂ ਦੀ ਰਿਕਾਰਡ ਬਿਜਾਈ ਲਈ ਕਿਸਾਨਾਂ ਦੀ ਮਿਹਨਤ ਅਤੇ ਯਤਨਾਂ ਦੀ 称ਾਗਾ ਕੀਤੀ। ਇੱਕ ਫੇਸਬੁੱਕ ਪੋਸਟ ਵਿੱਚ ਉਪਰਾਸ਼ਟਪਤੀ ਨੇ ਕਿਹਾ ਕਿ ਚੰਗੀ ਬਾਰਸ਼ ਦੇ ਚਲਦਿਆਂ ਸੋਨੇ ਦੀ ਬਿਜਾਈ ਪਿਛਲੇ ਸਾਲ ਦੇ ਇਸੇ ਹਫ਼ਤੇ ਦੇ ਮੁਕਾਬਲੇ 8.6% ਵਧੀ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਭਾਰਤ ਦਾ ਬੁਨਿਆਦੀ ਸੱਭਿਆਚਾਰ ਅਤੇ ਆਰਥਿਕਤਾ ਦਾ ਮੁੱਖ ਧੁਰਾ ਹੈ। ਨਾਡੂ ਨੇ ਕਿਹਾ ਕਿ ਖੇਤੀਬਾੜੀ ਨੂੰ ਸੁਰੱਖਿਆ ਅਤੇ ਉਤਸ਼ਾਹਤ ਕਰਨ ਦੀ ਲੋੜ ਹੈ। ਅਨਦਾਤਾ ਸੁਖੀ ਪ੍ਰਵਾਹ ਆਹੀਂ ਕਿਸਾਨਾਂ ਦੀ 称ਾਗਾ ਕਰਦੇ ਹੋ ਉਪਰਾਸ਼ਟਪਤੀ ਨੇ ਕਿਹਾ ਕਿ ਇਸ ਦੇ ਲੋਕਾਂ ਨੂੰ ਹਮੇਸ਼ਾ ਉਹਨਾਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਜਿਹੜੇ ਲੱਖਾਂ ਲੋਕਾਂ ਨੂੰ ਖਾਣ ਪੀਣ ਦੀਆਂ ਵਸਤਾਂ ਉਪਲਬਧ ਕਰਾਉਣ ਲਈ ਕੁਦਰਤ ਦੀਆਂ ਰੁਕਾਵਟਾਂ ਨੂੰ ਛਾਲਦੇ ਹੋਏ ਦਿਨ ਰਾਤ ਮਿਹਨਤ ਕਰਦੇ ਨੇ ਉਹ ਪ੍ਰਸ਼ਤਵਿਦਿਨ ਨੇ ਕਿਹਾ ਕਿ ਇਸ ਸਾਲ ਹੁਣ ਤੱਕ ਝੋਨੇ ਹੀਟਲਾ ਕੋਲ ਰਕਪਾ 378 ਲੱਖ ਐਕੜ ਦਾ ਸੀ ਜੋ ਪਿਛਲੇ ਸਾਲ ਇਸੇ ਸਮੇਂ ਦੌਰਾਨ 339 ਲੱਖ ਐਕੜ ਸੀ ਛੋਨੇ ਹੇਟਲੇ ਰਕਬੇ ਵਿੱਚ ਇਸ ਸਾਲ 12 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਅਰਹਰ, ਉੜਦ ਅਤੇ ਮੂੰਗੀ ਲਈ ਇਸ ਸਾਲ ਵਧੇਰੇ ਰਕਬੇ ਵਿੱਚ ਬਿਜਾਈ ਹੋਈ ਹੈ। ਪਿਛਲੇ ਸਾਲ ਨਾਲੋਂ ਤੇਲ ਬੀਜਾਂ ਦੀ ਬਿਜਾਈ ਵਿੱਚ 14 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਭਾਰ ਸਰਕਾਰ ਵਿੱਚ ਸਾਬਕਾ ਵਿੱਤ ਸਕੱਤਰ ਜੀਵ ਕੁਮਾਰ ਨੂੰ ਭਾਰ ਦਾ ਨਵਾਂ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਅਸ਼ੋਕ ਲਵਾਸਾ ਦੀ ਥਾਂ ਤੇ ਕੀਤੀ ਗਈ ਹੈ ਜੇਕਰ ਜੋ ਕਿ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਕੁਝ ਦਿਨ ਪਹਿਲਾਂ ਅਸਤੀਫਾ ਦੇ ਦਿੱਤਾ ਸੀ ਨਵੇਂ ਨਿਯੁਕਤ ਚੋਣ ਕਮਿਸ਼ਨਰ ਜੀਵ ਕੁਮਾਰ 31 ਅਗਸਤ ਨੂੰ ਕਾਰਜਪਾਗ ਸੰਭਾਲਣਗੇ ਅਤੇ ਜੀਵ ਕੁਮਾਰ ਦੀ ਨਿਯੁਕਤੀ ਉਸ ਵੇਲੇ ਕੀਤੀ ਜਾ ਰਹੀ ਹੈ ਜਦ ਚੋਣ ਕਮਿਸ਼ਨ ਕਰੋਨਾ ਮਹਾਮਾਰੀ ਦੌਰਾਨ ਵਿਹਾਰ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਕਰਵਾਉਣ ਦੀ ਤਿਆਰੀ ਕਰ ਰਿਹਾ ਹੈ ਜੀਵ ਕੁਮਾਰ ਝਾਰਖੰਡ ਕੇਡਰ ਦੇ 1984 ਬੈਚ ਦੇ ਆਈਏਐਸ ਅਧਿਕਾਰੀ ਨੇ ਉਹਨਾਂ ਦਾ ਪ੍ਰਸ਼ਾਸਨ ਵਿੱਚ ਤਿੰਨ ਦਹਾਕਿਆਂ ਦਾ ਅਤਿ ਜ਼ਰਬਾਏ ਚੋਣ ਕਮਿਸ਼ਨ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਦੇਦੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਆਉਣ ਵਾਲੀਆਂ ਆਮ ਅਤੇ ਉਪਚੋਣਾਂ ਲਈ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਨੇ ਚੋਣ ਕਮਿਸ਼ਨ ਨੇ ਚੋਣਾਂ ਦੌਰਾਨ ਅਧਿਕਾਰੀਆਂ ਤੇ ਉਮੀਦਵਾਰਾਂ ਨੂੰ ਇਹਨਾਂ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਹੈ ਕਮਿਸ਼ਨ ਨੇ ਕਿਹਾ ਹੈ ਕਿ ਚੋਣਾਂ ਦੌਰਾਨ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਆਪਦਾ ਪ੍ਰਬੰਧਨ ਐਕਟ 2005 ਅਨੁਸਾਰ ਕਾਰਵਾਈ ਕੀਤੀ ਜਾਵੇਗੀ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਚੋਣ ਅਮਲ ਦੌਰਾਨ ਕੇਵਲ 5 ਵਿਅਕਤੀਆਂ ਨੂੰ ਹੀ ਘਰ-ਘਰ ਜਾ ਕੇ ਚੋਣ ਪ੍ਰਚਾਰ ਰੋਡ ਸ਼ੋਅ ਦੌਰਾਨ ਵਾਹਨਾਵਾਂ درمیان ਵੱਡਾ ਫਾਸਲਾ ਰੱਖਣਾ ਤੇ ਜਨਤਕ ਇਕੱਠ ਅਤੇ ਰੈਲੀਆਂ ਲਈ ਵੀ ਕੋਵਿਡ-19 ਦੇ ਦਿੱਥੇ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ। ਚੋਣ ਪ੍ਰਚਾਰ ਦੌਰਾਨ ਹਰੇਕ ਵਿਅਕਤੀ ਲਈ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਗ੍ਰਹਿ ਮੰਤਰਾਲੇ ਤੇ ਸੂਬਾ ਸਰਕਾਰਾਂ ਵੱਲੋਂ ਜਾਰੀ ਦੇਸ਼ਾਂ ਨਿਰਦੇਸ਼ਾਂ ਅਨੁਸਾਰ ਸਮਾਜਿਕ ਦੂਰੀ ਰੱਖਣਾ, ਸੈਨੀਟਾਈਜ਼ਰ ਅਤੇ ਸਾਬਣ ਨਾਲ ਹੱਥ ਧੋਣਾ ਜ਼ਰੂਰੀ ਹੋਵੇਗਾ। ਹਰੇਕ ਵੋਟਰ ਦੀ ਥਰਮਲ ਸਕੈਨਿੰਗ ਕੀਤੀ ਜਾਵੇਗੀ ਤੇ ਵੱਧ ਤਾਪਮਾਨ ਵਾਲੀ ਵਿਅਕਤੀਆਂ ਨੂੰ ਇੱਕ ਸਰਟੀਫਿਕੇਟ ਜਾਂ ਟੋਕਨ ਦਿੱਤਾ ਜਾਵੇਗਾ ਅਤੇ ਵੋਟਾਂ ਪਾਉਣ ਵਾਲੇ ਦਿਨ ਆਖਰੀ ਘੰਟੇ ਵਿੱਚ ਵੋਟ ਪਾ ਸਕਣ ਵਰਲਡ ਹੈਲਥ ਸੰਗਠਨ ਨੇ ਅਗਲੇ 2 ਸਾਲ ਤੋਂ ਘੱਟ ਸਮੇਂ ਵਿੱਚ ਦੁਨੀਆ ਦੇ ਕੋਰੋਨਾ ਮਹਾਮਾਰੀ ਤੋਂ ਉਭਰਨ ਦੀ ਉਮੀਦ ਜਤਾਈਏ ਸੰਗਠਨ ਦੇ ਮੁਖੀ ਡਾਕਟਰ ਟੈਡਰੋਸ ਗੇਬਰੀਜਸ ਨੇ ਕਿਹਾ ਹੈ ਕਿ 1918 ਦੀ ਸਪੈਨਿਸ਼ ਫਲੂ ਦੀ ਤੁਲਨਾ ਵਿੱਚ ਕੋਰੋਨਾ ਵਾਇਰਸ ਨਾਲ ਫੈਲੀ ਮਹਾਮਾਰੀ ਦੇ ਛੇਤੀ ਕਾਬੂ ਹੋ ਜਾ ਸਕਦਾ ਹੈ ਦੁਨੀਆ ਭਰ ਵਿੱਚ ਹੁਣ ਤੱਕ ਕੋਰੋਨਾ ਦੇ 2 ਕਰੋੜ 30 ਲੱਖ ਤੋਂ ਵੱਧ ਮਾਮਲੇ ਨੇ ਜਦਕਿ 8 ਲੱਖ ਤੋਂ ਵੱਧ ਵਿਅਕਤੀਆਂ ਦੀ ਇਸ ਮਹਾਮਾਰੀ ਨਾਲ ਮੌਤ ਹੋ ਚੁੱਕੀ ਹੈ ਉਨ੍ਹਾਂ ਕਿਹਾ ਇਹ ਗਲੋਬਲਾਈਜੇਸ਼ਨ ਹੈ ਤੇ ਪੂਰੀ ਦੁਨੀਆ ਦਾ ਇੱਕ ਦੂਜੇ ਨਾਲ ਸੰਪਰਕ ਹੋਣ ਦੇ ਚੱਲਦੇ ਆ ਕੋਵਿਡ-19 ਇਹ ਵਾਇਰਸ ਦੁਨੀਆ ਭਰ ਵਿੱਚ ਤੇਜ਼ ਰਫ਼ਤਾਰ ਨਾਲ ਫੈਲਿਆ ਉਹਨਾਂ ਇਹ ਵੀ ਮੰਨਿਆ ਕਿ ਵਧੀਆ ਤਕਨੀਕ ਅਤੇ ਜਾਗਰੂਕਤਾ ਦੇ ਚਲਦਿਆਂ ਇਸ ਮਹਾਮਾਰੀ ਤੇ ਸਪੈਨਿਸ਼ ਫਲੂ ਦੇ ਮੁਕਾਬਲੇ ਕਿਤੇ ਜਲਦੀ ਕਾਬੂ ਪਾਇਆ ਜਾ ਸਕੇਗਾ ਸਪੈਨਿਸ਼ ਫਲੂ ਦੇ ਚਲਦਿਆਂ ਫਰਵਰੀ 1918 ਤੋਂ ਅਪ੍ਰੈਲ 1920 ਤੱਕ ਯਾਨੀ 2 ਸਾਲ ਤੋਂ ਵੱਧ ਸਮੇਂ ਵਿੱਚ ਦੁਨੀਆ ਭਰ ਵਿੱਚ ਤਕਰੀਬਨ 2 ਕਰੋੜ ਲੋਕਾਂ ਦੀ ਮੌਤ ਹੋਈ ਸੀ ਭਾਰ ਸਰਕਾਰ ਨੇ ਕਰੋਨਾ ਟੈਸਟਿੰਗ ਨੂੰ ਤੇਜ਼ੀ ਨਾਲ ਵਧਾਉਣ ਦੀ ਵਚਨਬੱਧਤਾ ਨਿਭਾਈ ਜਿਸ ਦੇ ਸਿੱਟੇ ਵਜੋਂ ਭਾਰਤ ਵਿੱਚ ਬੀਤੇ ਦਿਨ 10 ਲੱਖ ਤੋਂ ਵੱਧ ਕਰੋਨਾ ਟੈਸਟ ਕਰਨ ਦਾ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਗਿਆ ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਦੇਸ਼ ਵਿੱਚ ਹੁਣ ਤੱਕ 3 ਕਰੋੜ 44 ਲੱਖ ਤੋਂ ਵੱਧ ਸੈਂਪਲਾਂ ਦੇ ਕਰੋਨਾ ਟੈਸਟ ਕੀਤੇ ਜਾ ਚੁੱਕੇ ਹਨ ਸਿਹਤ ਮੰਤਰਾਲੇ ਅਨੁਸਾਰ ਵੱਖ-ਵੱਖ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਮਿਲ ਰਹੀਆਂ ਰਿਪੋਰਟਾਂ ਅਨੁਸਾਰ ਟੈਸਟਿੰਗ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਂਦੀ ਗਈ ਹੈ ਮੰਤਰਾਲੇ ਨੇ ਕਿਹਾ ਹੈ ਕਿ ਭਾਵੇਂ ਬਿਦੇਰੀ ਗਿਣਤੀ ਵਿੱਚ ਟੈਸਟ ਹੋਣ ਨਾਲ ਸ਼ੁਰੂਆਤੀ ਤੌਰ ਤੇ ਕਰੋਨਾ ਦੀ ਪ ਗੱਪ ਪਰ ਬਾਅਦ ਵਿੱਚ ਕਰੋਨਾ ਦੀ ਪੋਜ਼ਿਟਿਵ ਵਾਲੇ ਮਰੀਜ਼ਾਂ ਨੂੰ ਛੇਤੀ ਵੱਖਰੇ ਕਰਨ ਤੇਜ਼ੀ ਨਾਲ ਉਹਨਾਂ ਦੇ ਸੰਪਰਕ ਲੱਭਣਾ ਤੇ ਸਮੇਂ ਸਿਰ ਤੇ ਅਸਰਦਾਰ ਡਾਕਟਰੀ ਪ੍ਰਬੰਧ ਨਾਲ ਕਰੋਨਾ ਦੀ ਪੁਸ਼ਟੀ ਦਰ ਵਿੱਚ ਕਮੀ ਆਵੇਗੀ ਮੰਤralੇ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਕੀਤੇ ਗਏ ਕੁੱਲ 3 ਕਰੋੜ 44 ਲੱਖ 91 ਹਜ਼ਾਰ 73 ਕਰੋਨਾ ਟੈਸਟਾਂ ਵਿੱਚੋਂ 28 ਫੀਸਦੀ ਟੈਸਟ ਰੈਪਿਡ ਐਂਟੀਜਨ ਵਿਧੀ ਰਾਹੀਂ ਕੀਤੇ ਗਏ ਨੇ ਮੰਤralੇ ਨੇ ਕਿਹਾ ਕਿ ਟੈਸਟਿੰਗ ਦੇ ਕੰਮ ਵਿੱਚ ਕੇਂਦਰ ਸੂਬਿਆਂ ਤੇ ਕੇਂਦਰ ਸਾਸ ਪ੍ਰਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਸਾਂਝ ਜਤਨਾ ਸਦਕਾ ਭਾਰਤ ਵਿੱਚ 24 ਘੰਟਿਆਂ ਦੌਰਾਨ 10 ਲੱਖ ਤੋਂ ਵੱਧ ਕਰੋਨਾ ਟੈਸਟ ਕੀਤੇ ਗਏ ਇਸੇ ਦੌਰਾਨ ਬੀਤੇ ਦਿਨ ਭਾਰਤ ਵਿੱਚ ਰਿਕਾਰਡ 69874 ਕਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਜਿਸ ਸਮੂਹ ਦੇਸ਼ ਵਿੱਚ ਕਰੋਨਾ ਦੀ ਪੋਜ਼ਿਟਿਵ ਵਾਲੇ ਕੋਲ ਜੁਲ ਕੁੱਲ ਮਰੀਜ਼ਾਂ ਦੀ ਸੰਖਿਆ 2975701 ਤੱਕ ਪਹੁੰਚ ਗਈ ਹੈ ਬੀਤੇ ਦਿਨ ਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ 945 ਮੌਤਾਂ ਹੋਈਆਂ ਹੁਣ ਤੱਕ ਇਸ ਮਹਾਮਾਰੀ ਕਾਰਨ 55794 ਮਰੀਜ਼ਾਂ ਦੀਆਂ ਜਾਨਾਂ ਜਾ ਚੁੱਕੀਆਂ ਨੇ ਇਸ ਦੇ ਨਾਲ ਹੀ ਦੇਸ਼ ਵਿੱਚ ਕੋਰੋਨਾ ਤੋਂ ਠੀਕ ਹੋਣ ਦੀ ਦਰ ਵਿੱਚ ਵੀ ਲਗਾਤਾਰ ਸੁਧਾਰ ਜਾਰੀ ਹੈ ਬੀਤੇ 24 ਘੰਟਿਆਂ ਦੌਰਾਨ 63631 ਕੋਰੋਨਾ ਮਰੀਜ਼ ਸਿਹਤਜਬ ਹੋ ਕੇ ਘਰੀ ਪਰਤੇ ਜੇ ਸਮਗਰੋਂ ਇਸ ਮਹਾਮਾਰੀ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 222000 ਦੇ ਅੰਕੜੇ ਨੂੰ ਪਾਰ ਕਰ ਗਈ ਹੈ ਕੋਰੋਨਾ ਦੀ ਮੌਤ ਦਰ ਵਿੱਚ ਪਹਿਲਾਂ ਤੋਂ ਕਮੀ ਦਰਜ ਕੀਤੀ ਗਈ ਹੈ ਜੋ ਕਿ ਇਸ ਸਮੇਂ 1.87% ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲਗਾਤਾਰ ਵਧ ਰਹੇ ਕੋਰੋਨਾ ਮਾਮਲੇ ਦੇ ਮੱਦੇਨਜ਼ਰ ਜਾਰੀ ਹੁਕਮ ਅਨੁਸਾਰ ਅੱਜ ਸ਼ਨੀਵਾਰ ਅਤੇ ਪੜਕੇ ਐਤਵਾਰ ਸੂਬੇ ਵਿੱਚ ਮੁਕੰਮਲ ਤੌਰ ਤੇ ਲਾਕਡਾਊਨ ਨੂੰ ਲਾਗੂ ਕੀਤਾ ਜਾ ਰਿਹਾ ਹੈ ਅੱਜ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਵਪਾਰਕ ادارے ਆਦ ਬੰਦ ਰਹਿ ਕੇ ਪੰਜਾਬ ਦਾ ਲੁਜਾਨਾ ਜ਼ਿਲ੍ਹਾ ਕਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ ਜਿੱਥੇ ਹੁਣ ਤੱਕ ਕਰੋਨਾ ਦੀ ਪੋਜ਼ਿਟਿਵ ਵਾਲੇ 8500 ਤੋਂ ਵੱਧ ਮਾਮਲੇ ਸਾਹਮਣੇ ਆਏ ਨੇ ਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਨਵੇਂ ਕਰੋਨਾ ਕੇਸ ਦਰਜ ਹੋ ਰਹੇ ਨੇ ਸਰਕਾਰ ਵੱਲੋਂ ਲੋਕਾਂ ਨੂੰ ਮਾਸਕ ਪਾਉਣ ਇਕੱਠ ਨਾ ਕਰਨ ਅਤੇ ਬਿਨਾਂ ਮਸਲਬੇ ਦੇ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਲਈ ਕਿਹਾ ਜਾਂਦਾ ਰਿਹਾ ਪਰ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਵੱਲ ਲੋਕਾਂ ਦਾ ਧਿਆਨ ਨਹੀਂ ਦਿੱਤਾ ਜਿਸ ਦੇ ਸਿੱਟੇ ਵਜੋਂ ਕਰੋਨਾ ਮਾਮਲਿਆਂ ਵਿੱਚ ਤੇਜ਼ ਵਾਧਾ ਦੇਖਿਆ ਗਿਆ ਕੈਪਟਨ ਅਮਰਿੰਦਰ ਸਿੰਘ ਨੇ ਚੇਤਾਵਨੀ ਭਰੇ ਅੰਦਾਜ਼ ਵਿੱਚ ਲੋਕਾਂ ਨੂੰ ਆਪਣੀਆਂ ਜਾਨਾਂ ਦੀ ਖਾਤਰ ਜ਼ਰੂਰੀ احتیاط ਵਰਤਣ ਦੀ ਫਿਰ ਸਲਾਹ ਦਿੱਤੀ ਹੈ ਅਤੇ ਕਈ ਸਖਤ ਐਲਾਨ ਕੀਤੇ ਗਏ ਅੱਜ ਲਾਕਡਾਊਨ ਕਰਨ ਪੰਜਾਬ ਦੇ ਸੰਤੀ ਸ਼ਹਿਰ ਲੁਧਿਆਣਾ ਵਿੱਚ ਪ੍ਰਮੁੱਖ ਬਾਜ਼ਾਰ ਦੁਕਾਨਾਂ ਵਪਾਰਕ ਅਦਾਰੇ ਤੇ ਸ਼ਾਪਿੰਗ ਮਾਲ ਬੰਦ ਰਹੇ ਸਿਰਫ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਹੀ ਖੁੱਲੀਆਂ ਰਹੀਆਂ ਪਰ ਸੜਕਾਂ ਤੇ ਮੋਟਰ ਗੱਡੀਆਂ ਤੇ ਲੋਕਾਂ ਦੀ ਭੀੜ ਉਸੇ ਤਰ੍ਹਾਂ ਨਜ਼ਰ ਆਈ ਸ਼ਹਿਰ ਦੇ ਦੁਕਾਨਦਾਰ ਸੂਬੇ ਵਿੱਚ 2 ਦਿਨਾਂ ਮੁਕੰਮਲ ਲਾਕਡਾਊਨ ਲਗਾਉਣ ਦੇ ਸਰਕਾਰ ਦੇ ਫੈਸਲੇ ਤੋਂ ਨਾਰਾਜ਼ ਨਜ਼ਰ ਆਏ ਸ਼ਹਿਰ ਦੇ ਮੁੱਖ ਚੌੜਾ ਬਾਜ਼ਾਰ ਮਾਰਕੀਟ ਐਸੋਸੀਏਸ਼ਨ ਦੇ ਔਰੇਦਾਰ ਬਿੱਟੂ ਗੁੰਬਰ ਨੇ ਅਤੇ ਵਪਾਰੀ ਰਾਜਕੁਮਾਰ ਨੇ ਕਿਹਾ ਕਿ ਲਾਕਡਾਊਨ ਕਾਰਨ ਵਪਾਰਤਨ ਦੇ ਪਹਿਲਾਂ ਤੋਂ ਠੱਪ ਹੋ ਗਏ ਨੇ ਪਰ ਸਰਕਾਰ ਮੁਰ ਐਲਾਨੇ 2 ਦਿਨਾਂ ਲਾਕਡਾਊਨ ਨਾਲ ਵਪਾਰੀ ਵਰਗ ਦੀ ਕਮਰ ਟੁੱਟ ਜਾਵੇਗੀ ਕਿਉਂਕ ਸੋ ਬਾਹਰਲੇ ਗ੍ਰਾਹਕ ਪ੍ਰਮੁੱਖ ਬਾਜ਼ਾਰਾਂ ਵਿੱਚ ਹਫਤੇ ਦੇ ਆਖਰੀ ਦਿਨਾਂ ਵਿੱਚ ਹੀ ਆਉਂਦੇ ਨੇ ਇਥੇ ਦੇ ਸਾਰੇ ਦੁਕਾਨਦਾਰ ਮਯੂਸ ਨਜ਼ਰ ਆਏ ਅਤੇ ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਫਤੇ ਦੇ ਆਖਰੀ ਦਿਨਾਂ ਵਿੱਚ ਦੋ ਦਿਨਾਂ ਲਾਕਡਾਊਨ ਦੇ ਮੋੜ ਵਿਚਾਰ ਕਰਨ ਦੀ ਅਪੀਲ ਕੀਤੀ ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਕੋਰੋਨਾ ਤੇ ਕਾਬੂ ਪਾਉਣ ਲਈ ਕਈ ਚੰਗੇ ਕਦਮ ਚੁੱਕੇ ਗਏ ਅਤੇ ਹਰ ਨਾਗਰਿਕ ਨੂੰ ਸਮਾਜਿਕ ਦੂਰੀ ਤੇ ਮਾਸਕ ਪਾਉਣ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਏ ਜਿਹੜਾ ਸਰਕਾਰ ਨੇ ਨਵਾਂ ਫੈਸਲਾ ਲਿਆ ਹੈ ਛਨੀ ਤੇ ਇਤਵਾਰ ਬੰਦ ਦਾ ਉਹਦੇ ਵਿੱਚ ਵਪਾਰੀਆਂ 'ਚ ਬਹੁਤ ਜ਼ਿਆਦਾ ਰੋਸ਼ ਹੈ ਕਿਉਂਕਿ ਛਣੀ ਤੇ ਇਤਵਾਰੀ 메ਨ ਤੋੜੇ ਵਿਆਰ ਤੇ ਕਸਟਮਰ ਹੁੰਦਾ ਸੀ ਛੁੱਟੀ ਵਾਲੇ ਦਿਨ ਲੇਕਿਨ ਸਰਕਾਰ ਨੇ ਇੱਕ ਵਾਰ ਜਿਹੜਾ ਦੁਬਾਰਾ ਇਹ ਫੈਸਲਾ ਲਿਆ ਵੈ ਉਹਦੇ ਕਰਕੇ ਵਪਾਰੀਆਂ ਦੇ ਮਨਾਂ 'ਚ ਬਹੁਤ ਰੋਸ਼ ਹੈ ਸਾਡੀ ਸਾਰਿਆਂ ਦੀ ਵਪਾਰੀਆਂ ਦੀ ਮੰਗ ਹੈ ਕਿ ਛਣੀ ਇਤਵਾਰ ਨੂੰ ਬਦਲ ਕੇ ਚਾਹੇ ਸੋਮ ਮੰਗਲਵਾਰ ਕਰ ਦੋ ਚਾਹੇ ਬੁੱਧ ਵੀਰਵਾਰ ਕਰ ਦੋ ਜੀ ਸਰਕਾਰ ਦੇ ਹਰ ਹੁਕਮਾਂ ਦੀ ਪਾਲਣਾ ਤਾਂ ਪਹਿਲੇ ਕਰ ਰਹੇ ਆ ਅੱਜ ਹੀ ਲਾਕਡਾਊਨ ਦਾ ਸਰਕਾਰ ਨੇ ਕੀਤਾ ਦੋ ਦਿਨਾਂ ਵਾਸਤੇ ਇਹ ਸਰਕਾਰ ਦੀ ਵੀ ਮਜਬੂਰੀ ਹੈ ਤੇ ਮੇਰੇ ਕੱਲ ਪੂਰੀ ਪਬਲਿਕ ਦੀ ਵੀ ਮਜਬੂਰੀ ਹੈ ਕਿ ਜਿਸ ਹਿਸਾਬ ਨਾਲ ਕੇਸ ਵਧ ਰਹੇ ਨੇ ਉਸ ਹਿਸਾਬ ਨਾਲ ਲੋਕਡਾਊਨ ਕਰਨਾ ਬਹੁਤ ਜ਼ਰੂਰੀ ਸੀ ਕਿਉਂਕਿ ਜੋ ਪਹਿਲੇ ਤਾਂ ਇਹਨੇ ਕੇਸ ਨਹੀਂ ਸੀਗੇ ਉਦੋਂ ਤਾਂ ਲੋਕਡਾਊਨ ਤੇ ਅਸੀਂ ਮੰਨਦੇ ਸੀ ਕਿ ਚੱਲ ਠੀਕ ਹੈ ਲੇਕਿਨ ਹੁਣ ਕੇਸ ਹੱਦੋਂ ਵੱਧ ਕੇ ਹੋ ਰਹੇ ਨੇ ਉਸ ਕਾ ਪੰਜਾਬ ਸਿੱਖਦੇਵ ਪ੍ਰਧਾਨ ਮਹਾ ਸਿੰਘ ਰੋੜੀ ਦੀ ਪ੍ਰਧਾਨਗੀ ਵਿੱਚ ਚੰਡੀਗੜ੍ਹ ਵਿੱਚ ਸੁਭਾਈ ਔਰੇਦਾਰੇ ਦੀ ਕਮੇਟੀ ਹੋਈ ਮੀਟਿੰਗ ਦੇ ਫੈਸਲਿਆਂ ਬਾਰੇ ਜਾਰੀ ਬਿਆਨ ਵਿੱਚ ਪੰਜਾਬ ਛਿੱਟੂ ਦੇ ਜਨਰਲ ਸਕੱਤਰ ਕਾਮਰੇਡ ਰਗਨ왈 ਸਿੰਘ ਨੇ ਕਿਹਾ ਕਿ ਜਨਤਕ ਖੇਤਰ ਦੇ ਕੀਤਾ ਜਾ ਰਹੇ ਅਨੇਵਾਹ ਨੀਜਕਰਨ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਜਾ ਰਹੀਆਂ ਮਜ਼ਦੂਰ ਵਿਰੋਧੀ ਸੋਧਾਂ ਮਹਿੰਗਾਈ ਅਤੇ ਬੇਰੋਜ਼ਗਾਰੀ ਵਿਰੁੱਧ 5 ਸਤੰਬਰ ਨੂੰ ਪੰਜਾਬ ਵਿੱਚ ਕਿਸ ਮਜ਼ਦੂਰਾਂ ਕਿਸਾਨਾਂ ਵੱਲੋਂ ਪਿੰਡਾਂ ਕਸਬਿਆਂ ਤੇ ਕਲੋਨੀਆਂ ਵਿੱਚ ਪੈਦਲ ਰੋਸ ਮਾਰਚ ਕੱਢੇ ਜਾਣਗੇ ਉਹਨੇ ਕਿਹਾ ਕਿ ਜੇ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਸਵੀਕਾਰ ਨਹੀਂ ਕੀਤੀਆਂ ਤਾਂ 22 ਸਤੰਬਰ ਨੂੰ ਮੁਹਾਲੀ ਵਿਖੇ ਪੰਜਾਬ ਕਫਟਰ ਦੇ ਅੱਗੇ ਰੋਸ ਤਰਨੋ ਦਿੱਤਾ ਜਾਵੇਗਾ ਦੇਸ਼ ਭਰ ਵਿੱਚ ਅੱਜ ਗਣੇਸ਼ ਚਤੁਰਥੀ ਉਤਸਵ ਸ਼ਰਦਾ ਭਵਨ ਨਾਲ ਮਨਾਇਆ ਜਾ ਰਿਹਾ ਹੈ ਇਹ ਦਿਨ ਭਗਵਾਨ ਗਣੇਸ਼ ਦੇ ਜਨਮ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ ਭਗਵਾਨ ਗਣੇਸ਼ ਨੂੰ ਸਿਆਣਪ ਖੁਸ਼ਹਾਲੀ ਅਤੇ ਸ਼ੁਭ ਗੁਣਾਂ ਦੇ ਪ੍ਰਤੀਕ ਵਜੋਂ ਯਾਦ ਕੀਤਾ ਜਾਂਦਾ ਹੈ ਇਹ ਉਤਸਵ 10 ਦਿਨ ਚੱਕ ਚੱਲਦਾ ਹੈ ਅੱਜ ਦੇਸ਼ ਭਰ ਵਿੱਚ ਗਣਪਤੀ ਬੱਪਾ ਮੋਰੀਆ ਦੀ ਗੂੰਜ ਸੁਣਾਈ ਦੇਵੇਗੀ ਰਾਸ਼ਟਰਪਤੀ ਰਾਮਨ드 ਕੋਵਿੰਦ ਉਹ ਪ੍ਰਸ਼ਤਪਤੀ ਐਮੰਕਈਆ ਨਾਡਿਓ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਣੇਸ਼ ਚਤੁਰਥੀ ਦੇ ਸ਼ੁਭ ਦਿਹਾੜੇ ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਹਨਾਂ ਨੇ ਦੇਸ਼ ਵਾਸੀਆਂ ਲਈ ਇਸ ਮੌਕੇ ਖੁਸ਼ੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ ਹੈ। ਮੁੰਬਈ ਵਿੱਚ ਇਸ ਮੌਕੇ ਲਾਲ ਬਾਗ ਦੇ ਰਾਜਾ ਤੇ ਸਿੱਧੀ ਬਨਾਇਕ ਮੰਦਿਰ ਨੂੰ ਖਾਸ ਤੌਰ ਤੇ ਸਜਾਇਆ ਗਿਆ ਹੈ। ਗਣੇਸ਼ ਉਤਸਵ ਖਾਸ ਤੌਰ ਤੇ ਮਹਾਰਾਸ਼ਟਰ ਤੇ ਗੁਜਰਾਤ ਵਿੱਚ ਬੜੀ ਸ਼ਰਧਾ ਭਾਵਨਾ ਤੇ ਤੁਮਤਾਮ ਨਾਲ ਮਨਾਇਆ ਜਾਂਦਾ ਹੈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸੇਨ ਨੇ ਦੇਸ਼ ਵਾਸੀਆਂ ਨੂੰ ਗਣੇਸ਼ ਚਤੁਰਥੀ ਦੇ ਪਵਿੱਤਰ ਦਿਹਾੜੇ ਤੇ ਵਧਾਈ ਦਿੰਦਿਆਂ ਕਿਹਾ ਹੈ ਕਿ ਗਣੇਸ਼ ਉਤਸਵ ਆਮ ਨਾਗਰਿਕਾਂ ਦੀਆਂ ਭਾਵਨਾਵਾਂ ਨੂੰ ਜੋੜ ਕੇ ਤਰਮ ਨਿਰਪੱਖਤਾ ਦੀ ਭਾਵਨਾ ਦਾ ਵਿਕਾਸ ਕਰਦਾ ਹੈ ਤੇ ਇਸ ਨਾਲ ਹੀ ਖਬਰਾਂ ਦਾ ਬਲਟਨ ਖਤਮ ਹੁੰਦਾ ਹੈ ਆਗਿਆ ਦਿਓ ਨਮਸਕਾਰ